ਜੇ ਉਹਦੀ ਦਇਆ ਨਾ ਹੁੰਦੀ ਤੇ ਅਸੀਂ ਖੁਦਾ ਦਾ ਬੰਦਾ ਕਹਿੰਦਾ ਅਸੀਂ ਮਰ ਮੁੱਕ ਜਾਣਾ ਸੀ ਜੇ ਤੇਰੀ ਦਇਆ ਨਾ ਹੁੰਦੀ ਤੇ ਫਿਰ ਪ੍ਰਭੂ ਦਾ ਬੰਦਾ ਕਹਿੰਦਾ ਇਹ ਜ਼ਬੂਰ 37 ਦੇ ਵਿੱਚ ਜ਼ਬੂਰ 37 ਉਹਦੀ 7 ਤੋਂ 9 ਐਥ ਪੜੋਗੇ ਤੋ ਕਹਿ ਰਿਹਾ ਹੈ ਕਿ ਜਿਹੜੇ ਖੁਦਾਵੰਦ ਦੀ ਉਡੀਕ ਕਰਨ ਵਾਲੇ ਨੇ ਖੁਦਾਵੰਦ ਦੀ ਉਡੀਕ ਕਰਨ ਵਾਲੇ ਨੇ ਉਹ ਕੀ ਕਰਨਗੇ ਤੀਰਜਨੂ ਪ੍ਰਾਪਤ ਕਰਨਗੇ ਤੀਰਜਨੂ ਪੜ ਕੇ ਦੇਖ ਲੋ ਜਲਦੀ ਦੇ ਨਾਲ ਆਓ ਯਹਵਾ ਦੇ ਅੱਗੇ ਚੁੱਪਚਾਪ ਰਹੋ ਯਹਵਾ ਦੇ ਅੱਗੇ ਚੁੱਪਚਾਪ ਰਹੋ ਅਤੇ ਧੀਰਜ ਨਾਲ ਉਹਦੀ ਉਡੀਕ ਰੱਖ ਔਰ ਧੀਰਜ ਦੇ ਨਾਲ ਜਿਹੜਾ ਹੈ ਆਪਣੇ ਖੁਦਾਵੰ ਦੀ ਇੰਤਜ਼ਾਰੀ ਕਰਉ ਉਸ ਮਨੁੱਖ ਦੇ ਕਾਰਨ ਨਾ ਕੋੜ ਜਿਹਦਾ ਰਾਹ ਸਫਲ ਹੁੰਦਾ ਹੈ ਹਾਂਜੀ ਅਤੇ ਜਿਹੜਾ ਜੁਗਤਾਂ ਨੂੰ ਪੂਰਿਆਂ ਕਰਾਉਂਦਾ ਹੈ ਕ੍ਰੋਧ ਨੂੰ ਛੱਡ ਅਤੇ ਕੋਪ ਨੂੰ ਤਿਆਗ ਤਿਆਗ ਦੇ ਨਾ ਕੋੜ ਉਸ ਤੋਂ ਬ੍ਰੈਈ ਦੀ ਉਸ ਤੋਂ ਬ੍ਰੈਈ ਹੀ ਨਿਕਲਦੀ ਹੈ ਹਾਂਜੀ ਕੁਕਰਮੀ ਤਾਂ ਸਿੱਖ ਕੇ ਜਾਣਗੇ ਜਿਹੜੇ ਕੁਕਰਮੀ ਨੇ ਜਿਨ੍ਹਾਂ ਦੇ ਕਰਕੇ ਤੂੰ ਸਭ ਕੁਝ ਏ ਕੋੜਦਾ ਏ ਤੂੰ ਸੜਦਾ ਏ ਉਹਨਾਂ ਦਾ ਹਾਲ ਕੀ ਹੋਣਾ ਏ 9 ਐਚ ਲਿਖਿਆ ਕੁਕਰਮੀ ਤਾਂ ਛੇਕੇ ਜਾਣਗੇ ਪਰ ਜਿਹੜੇ ਯਹੋਵਾ ਨੂੰ ਉਡੀਕਦੇ ਹਨ ਪਰ ਜਿਹੜੇ ਯਹੋਵਾ ਨੂੰ ਉਡੀਕਦੇ ਹਨ ਉਹ ਧਰਤੀ ਦੇ ਵਾਰਿਸ ਹੋਣਗੇ ਹallelujah 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 ਉਹ ਧੀਰਜ ਵੀ ਪ੍ਰਾਪਤ ਕਰਨਗੇ ਤੇ ਉਹ ਧਰਤੀ ਦੇ ਵਾਰਿਸ ਵੀ ਹੋ ਜਾਣਗੇ ਕਦੋਂ ਹੋਣਾ ਏ ਵਾਰਿਸ ਧਰਤੀ ਦੇ ਮਤੀ ਦੀ ਇੰਜੀਲ ਪਾੰਜ ਦੇ ਅਇਦੇ ਮੁਤਾਬਕ ਜਿਹੜੇ ਸ਼ੁੱਧ ਮਨ ਨੇ ਪ੍ਰਭੂ ਨੇ ਪਹਾੜੀ ਉਪਦੇਸ਼ ਦੇਂਦੇ ਹੋਏ ਆਪਣੇ ਲੋਕਾਂ ਨੂੰ ਕਿਹਾ ਜਿਹੜੇ ਸ਼ੁੱਧ ਮਨ ਨੇ ਉਹ ਕੀ ਹੋ ਜਾਣਗੇ ਆਓ ਜਰਾ ਵਖੀਏ ਕਲੀਅਰ ਕਰ ਲਈਏ ਇਹਨੂੰ ਮੱਤੀ ਦੀ ਅੰਜੀਲ ਪੰਜ ਦੇ ਆਏ ਧਰਤੀ ਦੇ ਵਾਰਸ ਅਸੀਂ ਉਦੋਂ ਹੋਣਾ ਹੈ ਆਪਣੇ ਪ੍ਰਭੂ ਦੇ ਨਾਲ ਉਦੋਂ ਆਪਣੇ ਪ੍ਰਭੂ ਦੇ ਨਾਲ ਅਸੀਂ ਰਾਜ ਕਰਨਾ ਹੈ ਜਦੋਂ ਸਾਡੇ ਪ੍ਰਭੂ ਦਾ ਰਾਜ ਜਿਹੜਾ ਹੈ ਉਸ ਧਰਤੀ ਦੇ ਉੱਤੇ ਆਏਗਾ ਪੰਜ ਐਚ ਲਿਖਿਆ ਏ ਜਿਹੜੇ ਹਲੀਮ ਨੇ ਕਿਉਂ ਜੋ ਉਹ ਧਰਤੀ ਦੇ ਵਾਰਿਸ ਹੋਣਗੇ ਵਾਰਸ ਹੋ ਜਾਣਗੇ ਜਿਹੜੇ ਸ਼ੁੱਧ ਮਾਨੇ ਉਹ ਕਿੰਨੂੰ ਦੇਖਣਗੇ ਪਰਮੇਸ਼ਰ ਨੂੰ ਦੇਖਣਗੇ ਉਹ ਸਿਰਫ ਇਹ ਨਹੀਂ ਆ ਕਿ ਅਸੀ ਅਰਾਧਨਾ ਦੇ ਵਿੱਚ ਪ੍ਰਾਰਥਨਾ ਦੇ ਵਿੱਚ ਤੀਰਜ ਦੇ ਨਾਲ ਇਕ ਆਸ ਵਿੱਚ ਸਿਰਫ ਉਹਦੀ ਉਡੀਕ ਹੀ ਕਰਨੀ ਏ ਬਲਕਿ ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਉਹਦੀ ਆਮਦਾਰੀ ਏ ਉਹਦੀ ਆਮਦਾਰੀ ਏ ਸਭ ਤੋਂ ਵੱਧ ਕੇ ਇਹ ਵਾਲੀਆਂ ਆਸ਼ੀਸ਼ਾਂ ਉਡੀਕਣ ਵਾਲਿਆਂ ਨੂੰ ਤੇ ਪਰਮੇਸ਼ਰ ਨੇ ਸੰਪੂਰਨ ਆਸ਼ੀਸ਼ ਸੱਤ ਆਸ਼ੀਸ਼ਾਂ ਦਾ ਮਤਲਬ ਸੰਪੂਰਨ ਆਸ਼ੀਸ਼ ਖੁਦਾ ਸਾਨੂੰ ਦੇਵੇਗਾ ਪਰ ਕਾਰਨ ਪਿੱਛੇ ਇਹ ਵੀ ਹੈਗੇ ਨੇ ਉਡੀਕ ਕਰਨ ਦੇ ਕਿ ਖੁਦਾ ਸਾਨੂੰ ਇਹਨਾਂ ਚੀਜ਼ਾਂ ਨੂੰ ਦੇਂਦੀ ਹੋਏ ਪ੍ਰਭੂ ਸਾਨੂੰ ਪ੍ਰੋਟੈਕਸ਼ਨ ਦੇਂਦੇ ਹੋਏ ਸਾਡੀ ਸਹਾਇਤਾ ਕਰਦੇ ਹੋਏ ਸਾਨੂੰ ਸੰਭਾਲਦੇ ਹੋਏ ਸਾਨੂੰ ਸਿੱਧਵੀਂ ਕਰਦੇ ਜਾਣਗੇ ਜਦੋਂ ਅਸੀਂ ਉਹਦੀ ਉਡੀਕ ਕਰਾਂਗੇ ਸੰਪੂਰਨ ਵੀ ਕਰਦੇ ਜਾਣਗੇ ਉਹ ਹਾਲੇਲੂਇਆ ਹਾਲੇਲੂਇਆ ਉਹਦੀ ਆਮਦ ਲਈ ਤਿਆਰ ਹੋਣਾ ਬੇਹੱਦ ਜ਼ਰੂਰੀ ਏ ਬੇਹੱਦ ਜ਼ਰੂਰੀ ਏ ਇਹ ਵੀ ਵਿੱਚ ਬਹੁਤ ਵੱਡਾ ਇੱਕ ਪੁਆਇੰਟ ਏ ਖੁਦਾ ਦਾ ਬੰਦਾ ਜਿ ਸ਼ਾਇਆ ਕਹਿੰਦਾ ਚਾਲੀ ਦੇ ਆਇਚ ਜਿਹੜੇ ਖੁਦਾ ਨੂੰ ਉਡੀਕਦੇ ਨੇ ਉਹਨਾਂ ਨੇ ਨਵੇਂ ਸਿਰੇ ਤੋਂ ਬਲ ਪਾਉਣਾ ਏ ਉਕਾਬਾਂ ਵਾਲਾ ਬਲ ਪਾਉਣਾ ਏ ਉਹਨਾਂ ਨੇ ਕਦੀ ਹੁਸਨਾ ਨਹੀਂ ਕਦੇ ਥੱਕਣਾ ਨਹੀਂ ਕਦੇ ਸੱਜੇ ਕਦੀ ਖੱਬੇ ਕਦੀ ਅੱਗੇ ਕਦੀ ਪਿੱਛੇ ਨਹੀਂ ਉਹਦੀ ਆਮਦ ਨੂੰ ਡੀਕਣ ਵਾਲੇ ਨਵੇਂ ਸਿਰੇ ਤੋਂ ਬਲ ਪਾਉਣਗੇ ਖੁਦਾ ਉਹਨਾਂ ਦੀ ਜਵਾਨੀ ਨੂੰ ਉਕਾਬ ਦੇ ਵਾਂਗੂ ਨਵਾਂ ਕਰੇਗਾ ਹਾਲੇਲੂਇਆ ਹਾਲੇਲੂਇਆ ਉਡੀਕਣ ਵਾਲੇ ਖੁਦਾ ਨੂੰ ਉਡੀਕਣ ਵਾਲੇ ਧੀਰਜ ਪ੍ਰਾਪਤ ਕਰਨਗੇ ਖੁਦਾ ਨੂੰ ਉਡੀਕਣ ਵਾਲੇ ਧਰਤੀ ਦੇ وارث ਹੋ ਜਾਣਗੇ ਧਰਤੀ ਦੇ وارث ਹੋ ਜਾਣਗੇ ਕਿਦਾਂ ਜਦੋਂ ਸਾਡੇ ਪ੍ਰਭੂ ਦਾ ਰਾਜ ਆਵੇਗਾ ਜਿਹਨੂੰ ਅਸੀਂ ਉਡੀਕ ਰਹੇ ਹਾਂ ਪ੍ਰਭੂ ਕਹਿੰਦੇ ਤੁਸੀਂ ਮੇਰੇ ਨਾਲ ਸਿੰਘਾਸਨ ਦੇ ਉੱਤੇ ਮੇਰੇ ਨਾਲ ਬੈਠੋਗੇ ਮੇਰੇ ਨਾਲ ਰਾਜ ਕਰੋਗੇ ਧਰਤੀ ਦੇ ਲੋਕਾਂ ਦਾ ਰਾਜ ਕਰੋਗੇ ਆਤਮਿਕ ਰਾਜ ਹੈ ਆਤਮਿਕ ਰਾਜ ਹੈ ਜਿਹਦੇ ਵਿੱਚ ਵਿਸ਼ਵਾਸੀ ਖੁਦਾ ਦੇ ਦਾਸ ਦਾਸੀਆਂ ਸਭ ਅਨਵੋਲਵ ਹੋ ਜਾਣੇ ਨੇ ਸਭ ਅਨਵੋਲਵ ਹੋ ਜਾਣੇ ਨੇ ਰਾਜਿਆਂ ਦੇ ਰਾਜੇ ਦੀ ਸੰਤਾਨ ਇੱਕ ਦਿਨ ਰਾਜੇ ਯੀਸ਼ੂ ਮਸੀਹ ਦੇ ਨਾਲ ਜ਼ਰੂਰ ਹੋ ਰਾਜ ਕਰਨਗੇ ਹੋ ਹਾਲੇਲੂਇਆ 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 ਜ਼ਬੂਰਾਂ ਦੀ ਕਿਤਾਬ ਉਹਦਾ 39 ਅਧਿਆਏ 7 ਦੇ ਮੁਤਾਬਕ ਖੁਦਾ ਦਾ ਬੰਦਾ 다ਊਦ ਕਹਿੰਦਾ ਏ ਪੜਦੇ ਹੋਇਆ ਫਿਰ ਦੁਆ ਦੀ ਗੱਲ ਚੱਲਾਂਗੇ ਹੁਣ हे ਪ੍ਰਭੂ ਮੈਂ ਕਾਦੀ ਉਡੀਕ ਕਰਾਂ ਮੈਂ ਤੇਰੀ ਹੀ ਆਸ ਹਾਂ ਮੈਨੂੰ ਤੇਰੀ ਹੀ ਆਸ ਹੈ ਮੇਰੀਆਂ ਸਾਰਿਆਂ ਅਪਰਾਧਾਂ ਤੋਂ ਮੈਨੂੰ ਛੁਡਾ ਬਸ ਜੀ ਸਤੈ ਦੇ ਵਿੱਚ ਲਿਖਿਆ ਹੋਇਆ ਏ ਹੁਣ हे ਪ੍ਰਭੂ ਮੈਂ ਕਾਦੀ ਉਡੀਕ ਕਰਾਂ ਮੈਨੂੰ ਤੇਰੀ ਹੀ ਆਸ ਹੈ ਕਹਿੰਦਾ ਮੈਨੂੰ ਹੋਰ ਕਿਸੇ ਦੇ ਉੱਤੇ ਆਸ ਨਹੀਂ ਹੈ ਕੋਈ ਮੇਰਾ ਹੋਰ ਪ੍ਰਭੂ ਨਹੀਂ ਕੋਈ ਮੇਰਾ ਹੋਰ ਮੁਕਤੀਦਾਤਾ ਨਹੀਂ ਕੋਈ ਹੋਰ ਮੇਰਾ ਦੇਵੀ ਦੇਵਤਾ ਨਹੀਂ ਸਿਰਫ ਤੇ ਸਿਰਫ ਕਹਿੰਦਾ ਮੈਨੂੰ ਆਪ ਦੀ ਉਡੀਕੇ ਕਹਿੰਦਾ ਮੈਂ ਹੋਰ ਕਿਸੇ ਦੀ ਇੰਤਜ਼ਾਰੀ ਨਹੀਂ ਕਰਨੀ ਕਿਸੇ ਦੀ ਇੰਤਜ਼ਾਰੀ ਨਹੀਂ ਕਰਨੀ ਸਿਰਫ ਮੈਂ ਆਪ ਦੀ ਇੰਤਜ਼ਾਰੀ ਕਰਾਂਗਾ ਮੈਨੂੰ ਆਪ ਦੇ ਇਤਿਆਸ ਹੈ ਹਾਲੇਲੂਇਆ ਬਹੁਤ ਵੱਡੀ ਗੱਲ ਹੈ ਮੇਰੀ ਪੈਨ ਮੇਰੇ ਪ੍ਰਾਂ ਜਦੋਂ ਅਸੀਂ ਮੁਸ਼ਕਲ ਚ ਹੋਈਏ ਪਰੇਸ਼ਾਨੀ ਚ ਹੋਈਏ ਪ੍ਰੀਖਿਆ ਦੇ ਵਿੱਚ ਹੋਈਏ ਤੇ ਲੋਕ ਬਹੁਤ ਜਲਦੀ ਫਿਸਲ ਜਾਂਦੇ ਨੇ ਫਿਸਲ ਜਾਂਦੇ ਨੇ ਉਹ ਪ੍ਰਭੂ ਜੀ ਤੇ ਕਹਿੰਦੇ ਮਰਨ ਤੱਕ ਵਫਾदार ਰਹਿਣਾ ਮਰਨ ਤੱਕ ਮਰਨ ਤੱਕ ਪ੍ਰਭੂ ਜੀ ਕਹਿੰਦੇ ਵਫਾदार ਰਹੋਗੇ ਤਾਂ ਜੀਵਨ ਦਾ ਮੁਕਟ ਮਿਲਣਾ ਹੈ ਇਹਦੇ ਉੱਤੇ ਵੀ ਅਸੀਂ ਬੀਤੇ ਦਿਨਾਂ ਚ ਗੱਲ ਕੀਤੀ ਪਿਛਲੇ ਹਫਤੇ ਕਿ ਖੁਦਾਬਾਪ ਕਹਿੰਦੇ ਬਰਕਤ ਪਾਏ ਹੋਏ ਨੇ ਉਹ ਲੋਕ ਜਿਹੜੇ ਬਾਣੀ ਨੂੰ ਪੜ੍ਹਦੇ ਸੁਣਦੇ ਤੇ ਉਹਦੇ ਮੁਤਾਬਕ ਚੱਲਦੇ ਨੇ ਉਹਦੇ ਵਿੱਚੋਂ ਇੱਕ ਗੱਲ ਏ ਪ੍ਰਕਾਸ਼ ਦੀ ਬੋਧੀ 14 ਅਧਿਆਇ 13 ਦੇ ਮੁਤਾਬਕ ਖੁਦਾਵੰ ਕਹਿੰਦੀ ਉਹ ਬਰਕਤ ਪਾਈ ਹੋਏ ਲੋਕ ਨੇ ਜਿਹੜੇ ਪ੍ਰਭੂ ਦੇ ਵਿੱਚ ਹੋ ਕੇ ਮਰਨਗੇ ਉਹ ਬਰਕਤ ਪਾਈ ਰਹਿਣਗੇ ਉਹ ਉਹਨਾਂ ਦੀਆਂ ਮਿਹਨਤਾਂ ਤੋਂ ਉਹਨਾਂ ਨੂੰ ਆਰਾਮ ਮਿਲੇਗਾ ਖੁਦਾ ਦੇ ਪਿਆਰਿਓ ਸਾਡਾ ਮਰਨਾ ਸਾਡਾ ਜੰਮਣਾ ਸਾਡੀ ਆਸ ਸਾਡੀ ਉਮੀਦ ਸਾਡਾ ਭਰੋਸਾ ਸਾਡਾ ਵਿਸ਼ਵਾਸ ਸਭ ਕੁਝ ਸਾਡਾ ਖੁਦਾ ਹੈ ਉਹਦੇ ਤੋਂ ਇਲਾਵਾ ਸਾਨੂੰ ਹੋਰ ਕਿਤੇ ਕਿਤੇ ਵੀ ਆਸ ਨਹੀਂ ਹੈ ਤਾਂ ਇਹ ਤੋਂ ਇੱਕ ਭਜਨ ਕਾਰ ਨੇ ਇੱਕ ਭਜਨ ਬਣਾਇਆ ਕਹਿੰਦਾ ਬੂਹਾ ਤੇਰੀ ਪਰੀਤ ਵਾਲਾ ਮਲਣਾ ਮੈਂ ਕਿਸੇ ਹੋਰ ਮੈਂ ਕਿਤੇ ਹੋਰ ਨਹੀਂ ਜਾ ਕੇ ਮੰਗਣਾ ਕਹਿੰਦਾ ਸਿਰਫ ਮੰਗਾਗਾ ਤੇਰੇ ਕੋ ਮੰਗਾਗਾ ਪਾਵਾਂਗਾ ਤੇਰੇ ਕੋ ਪਾਵਾਂਗਾ ਉਡੀਕ ਕਰਾਂਗਾ ਤੇਰੀ ਉਡੀਕ ਕਰਾਂਗਾ ਹਾਲੇਲੂਇਆ 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 ਇਸੇ ਤਰ੍ਹਾਂ ਜਦੋਂ ਤੁਸੀਂ ਹੋਰ